You are listening to CNN Toronto Chawla News Network Toronto ਕੀ ਹਾਲ ਚਾਲ ਠੀਕ ਹੋ ਵਧੀਆ ਜੀ ਚੜ੍ਹਦੀ ਕਲਾ ਜੀ ਈਡੀ ਹਨ ਕਹਿ ਰਹੀ ਹੈ ਕਿ ਉਹਦਾ ਦਾਵਾ ਹੈ ਕਿ ਆਪ ਨੂੰ 7 ਕਰੋੜ ਮਿਲੇ ਆਪ ਨੂੰ ਹੁਣ ਇਹ ਉਹ 7 ਕਰੋੜ ਜਿਹੜੇ ਗੁਰਪਤਵੰਤ ਸਿੰਘ ਪੰਨੂ ਐਂਡ ਪਾਰਟੀ ਵੱਲੋਂ ਕਹਿ ਗਏ ਸਨ ਉਹ ਹੈ ਜਾਂ ਕੋਈ ਹੋਰ ਹੈ ਨਹੀਂ ਉਹ ਤੇ ਉਹਨਾਂ ਨੇ ਤਾਂ ਬਹੁਤ ਹੀ ਜ਼ਿਆਦਾ ਪੈਸੇ ਕਹੇ ਸੀਗੇ ਨਾ ਉਹਨੇ ਤੇ ਨਹੀਂ ਤੇ 7 ਕਰੋੜ ਆ 7 ਕਰੋੜ ਤੇ ਅੱਜ ਕੱਲ ਐਵੇਂ ਛੋਟੇ ਤੋਂ ਛੋਟਾ ਨੇਤਾ ਵੀ ਕਿਤੇ 2-4 ਮਹੀਨੇ ਉਹਦਾ ਫੌਪਾ ਪੈ ਜਾਵੇ ਬਣਾ ਲੈਂਦਾ ਹੈ ਹਾਂ ਤਾਂ ਗੱਲ ਇਹ ਆ ਕਿ ਦੇਖੋ ਇਹ ਜਿਹੜਾ ਮਾਮਲਾ ਹੈ ਨਾ ਉਹ ਐਫਸੀਆਰਏ ਦਾ ਉਲੰਘਣ ਦਾ ਮਸਲਾ ਹੈ ਯਾਨੀ ਜਦੋਂ ਵੀ ਕੋਈ ਅ ਚੰਦਾ ਕਹ ਲਓ ਕਿ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ ਹੈ ਇਥੇ ਤਾਂ ਯਾਨੀ ਫੋਰਨ ਫੰਡਿੰਗ ਜਿਹੜੀ ਹੈ ਪੋਲੀਟੀਕਲ ਪਾਰਟੀਆਂ ਲੈ ਸਕਦੀਆਂ ਇਹਨਾਂ ਨੇ ਲੀਗਲਾਈਜ਼ ਕਰ ਦਿੱਤਾ ਸੀਗਾ ਪਹਿਲਾਂ ਤਾਂ ਬਿਲਕੁਲ ਹੀ ਉਹ ਕੰਮ ਬੰਦ ਸੀ ਤਾਂ ਫਿਰ ਇਹਨਾਂ ਨੇ ਭਾਜਪਾ ਤੇ ਕਾਂਗਰਸ ਨੇ ਰਲ ਕੇ ਉਹਨੂੰ ਖੋਲ੍ਹ ਦਿੱਤਾ ਸੀਗਾ ਇਵਨ ਥੈਟ 1973 ਤੋਂ ਲੈ ਕੇ ਲੀਗਲਾਈਜ਼ ਵੀ ਕਰ ਦਿੱਤਾ ਸੀ ਜੋ ਆਇਆ ਸੀਗਾ ਪਰ ਉਹਦੇ 'ਚ ਹਾਲੇ ਵੀ ਬਹੁਤ ਸਾਰੀਆਂ ਸ਼ਰਤਾਂ ਨੇ ਤਾਂ ਇਹ ਕੀ ਕਹਿ ਰਹੇ ਆ ਇਹਨਾਂ ਨੇ ਅਸਲ ਦੇ ਵਿੱਚ ਜਿਹੜਾ ਦਸਤਾਵੇਜ਼ ਕੱਲ ਲਾਇਆ ਜਿੰਨਾ ਕੋ ਮੈਂ ਸਮਝ ਸਕਿਆ ਉਹ ਇਹ ਆ ਕਿ ਸੁਖਪਾਲ ਖੈਰਾ ਤੋਂ ਜਦੋਂ ਅਸੀਂ ਪੁੱਛਗਿੱਛ ਕਰ ਰਹੇ ਸੀਗੇ ਤਾਂ ਸਾਨੂੰ ਉਸ ਵੇਲੇ ਕੁਝ ਈਮੇਲ ਤੇ ਕੁਝ ਹੋਰ ਤੱਥ ਮਿਲੇ ਆ ਜਿਨ੍ਹਾਂ ਦੇ ਵਿੱਚ ਇਸ ਗੱਲ ਦਾ ਹਵਾਲਾ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਅਜ ਸੁਖਪਾਲ ਖੈਰਾ ਕਾਂਗਰਸ ਦੇ ਵਿੱਚ ਆ ਯਾਨੀ ਉਸ ਵੇਲੇ ਜਿਹੜਾ ਕੋਈ ਵਿਦੇਸ਼ੀ ਚੰਦਾ ਆਇਆ ਤਾਂ ਉਹਦੇ ਵਿੱਚ ਨੀਮਾਂ ਦਾ ਉਲੰਘਨ ਹੋਇਆ। ਹੂੰ ਹੂੰ। ਤਾਂ ਹੁਣ ਇੱਥੇ ਦੇਖੋ ਲਿਕਰ ਪਾਲਿਸੀ ਕੇਸ ਹੈ ਜਿਹੜਾ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਦੋਸ਼ੀ ਬਣਾਉਣ ਵਾਸਤੇ ਏਜੰਸੀਆਂ ਟਿੱਲ ਲਾ ਰਹੀਆਂ ਨੇ, ਜ਼ੋਰ ਲਾ ਰਹੀਆਂ ਨੇ। ਮਸਲਾ ਕੀ ਹੁੰਦਾ ਹੈ ਗੱਲ 7 ਕਰੋੜ ਦੀ ਨਹੀਂ 7 ਕਰੋੜ ਤੇ ਜੇ ਕਹਿਣਗੇ ਕਿ ਹਾਂਜੀ ਭਰ ਦਿਓ ਤੁਸੀਂ ਤੇ ਭਰ ਵੀ ਦੇਣਗੇ ਜੁਰਮਾਨਾ ਵੀ ਭਰ ਦੇਣਗੇ ਪਰ ਮਸਲਾ ਇਹ ਤੋਂ ਅਗਲਾ ਹੈ। ਹੂੰ। ਮਸਲਾ ਇਹ ਹੈ ਕਿ ਜਿਵੇਂ ਲਿਕਰ ਪਾਲਸੀ ਕੇਸ ਆ ਜਾਂ ਐਫਸੀਆਰਏ ਦਾ ਉਲੰਘਣ ਆ ਇਹਦੇ ਵਿੱਚ ਪਾਰਟੀ ਦੀ ਮਾਨਤਾ ਦਾਤੇ ਲੱਗ ਜਾਂਦੀ ਆ ਹੂੰ ਜਦੋਂ ਕਿਸੇ ਦੀ ਪਾਰਟੀ ਦੀ ਮਾਨਤਾ ਦਾਤੇ ਲੱਗ ਜਾਂਦੀ ਆ ਫਰਜ਼ ਕਰੋ ਕੱਲ ਨੂੰ ਕੋਰਟ ਚੋਂ ਫੈਸਲਾ ਆ ਜਾਂਦਾ ਹੈ ਕਿ ਆ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਤਾਂ ਜਿਹੜੇ ਐਮਐਲਏ ਨੇ ਉਹ ਤਾਂ ਖੁੱਲ ਕੇ ਨਾ ਇੱਕ ਵਾਰੀ ਹੂੰ 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 ਤਾਂ ਕੋਈ ਕਿਧਰੇ ਜਾਵੇ ਕੋਈ ਕਿਧਰੇ ਜਾਵੇ ਉਹਨਾਂ ਤੇ ਫਿਰ ਦਲ ਬਦਲੀ ਕਾਨੂੰਨ ਨਹੀਂ ਲਾਗੂ ਹੁੰਦਾ ਸਮਝੀ ਹੂੰ 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 ਤਾਂ ਮਤਲਬ ਕਿ ਜਿੰਨੂ ਮਰਜੀ ਤੋੜੋ ਜਿੰਨੂ ਮਰਜੀ ਵਿਸੋੜੋ ਉਹ ਫਿਰ ਸਾਰਾ ਕੁਝ ਚੱਲਦਾ ਤਾਂ ਇਹ માનਤਾ ਹਲਕਿ ਇਹ ਬਹੁਤ ਅਗਾਹ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਪਰ ਇਸ ਪਾਰਟੀ ਨੂੰ ਜਿਸ ਤਰ੍ਹਾਂ ਘੇਰਾਬੰਦ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਹਦਾ ਕਾਫੀਆ ਕੱਸਿਆ ਜਾ ਰਿਹਾ ਉਤੋਂ ਕਿਤੇ ਨਾ ਕਿਤੇ ਇੱਕ ਗੱਲ ਦੀ ਸੰਭਾਵਨਾ ਨਿਕਲਦੀ ਹੈ ਕਿ ਲਿਕਰ ਪਾਲਿਸੀ ਕੇਸ ਦੂਸਰਾ ਆਹਾ ਬਣਾ ਦਿੱਤਾ ਐਫਸੀਆਰਏ ਵਾਲਾ ਕਿ ਇਹਨਾਂ ਦੋਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਰਵਾਈ ਹੋ ਸਕਦੀ ਆ ਕੱਲ ਨੂੰ ਮਤਲਬ ਕਿ ਕਾਨੂੰਨੀ ਜ਼ੱਦ ਚ ਆ ਗਈ ਆ ਕੀ ਕਾਰਵਾਈ ਹੋਏਗੀ ਪਤਾ ਨਹੀਂ ਆ ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਦੋਸ਼ੇ ਜ਼ਰੂਰ ਏਜੰਸੀਆਂ ਨੇ ਲਾਇ ਲੇ ਦੋਸਤੋ ਲੌਂਗ ਵੀਕਐਂਡ ਐ ਪਰ ਬਈ ਤੁਸੀਂ ਸੁਣ ਰਹੇ ਹੋ ਸਾਨੂੰ ਬੜਾ ਅੱਛਾ ਲੱਗਾ ਤੁਸੀਂ ਸਾਡੇ ਵੰਗੋ ਮਿਹਨਤ ਕਰਛੋ ਜਿਹੜੇ ਖਾਸ ਤੌਰ ਤੇ ਸਾਨੂੰ ਸੈਕੜੇ ਪਰਿਵਾਰ ਸੈਲਫੋਨ ਤੇ ਤੁਸੀਂ ਡਾਲ ਕਰਕੇ ਸੁਣ ਰਹੇ ਹੋ ਤੁਹਾਡਾ ਧੰਨਵਾਦ ਐ ਔਰ ਮੈਂ ਤਾਂ ਸੋਚਦਾ ਕਿ ਮੈਂ ਇਕੱਲਾ ਹੀ ਸ਼ੋਅ ਕਰਦਾ ਪਿਆ ਬਾਕੀ ਸਾਰੇ ਰਿਕਾਰਡਡ ਹੀ ਚੱਲਦੇ ਪਏ तकरीबन ਪਰ ਨਹੀਂ ਵੀ ਤੁਸੀਂ ਵੀ ਸਾਡੇ ਵੰਗੂ ਲੱਗੇ ਹੋਇਓ ਕਮਾਕਾਰਾਂ ਤੇ ਧੰਨਵਾਦ 647 367 1320 ਤੇ ਅਮਰੀਕਾ ਦਾ ਨੰਬਰ 641 741 1919 ਇਹ ਜਿਹੜੇ ਮੇਰੇ ਕੋਲ ਲਿਸਟ ਹੁੰਦੀ ਹੈ ਸਿਰਫ 647 367 1320 ਵਾਲੀ ਹੁੰਦੀ ਹੈ ਬਾਕੀ ਜਿਸ ਮਾਦਿਆਂ ਦੇ ਤੁਸੀਂ ਸੁਣ ਰਹੇ ਹੋ ਉਹ ਅਥਾ ਹੈ ਉਹਦੀ ਕੋਈ ਜੋੜ ਤੋੜ ਸਾਡੇ ਕੋਲ ਨਹੀਂ ਆਉਂਦਾ ਨਰਿੰਦਰ ਮੋਦੀ ਹੋਣਾ ਦਾ ਇੱਕ ਬਿਆਨ ਹੈ ਇਹ ਜਦੋਂ ਤੁਸੀਂ ਬਿਆਨ ਤੇ ਥੱਲੇ ਕੋ ਸੋਸ਼ਲ ਨੈਟਵਰਕ ਮੀਡੀਆ ਤੇ ਪਾਉਂਦਾ ਤੇ ਥੱਲੇ ਬੜਾ ਕੁਝ ਲਿਖਿਆ ਹੁੰਦਾ ਪਰ ਉਹਨੂੰ ਪਾਸਾਈਡ ਤੇ ਛੱਡ ਕੇ ਤੁਹਾਡਾ ਪ੍ਰਤੀਕਰਮ ਲੈਣਾ ਚਾਹਾਂਗੇ ਕਿ ਮੈਂ ਕਦੇ ਘੱਟ ਗਿਣਤੀ ਵਿਰੋਧੀ ਨਹੀਂ ਰਿਹਾ। ਠੀਕ। ਕੋ ਨਰਿੰਦਰ ਮੋਦੀ ਇਸ ਚੀਜ਼ ਨੂੰ ਤੇ ਸਮਝ ਚੁੱਕੇ ਆ ਕਿ ਇਸ ਬਾਰੇ ਬਹੁਤ ਕਹਾਣੀ ਉਲਟ ਗਈ ਆ। ਬਹੁਤ ਜ਼ਿਆਦਾ ਕਹਾਣੀ ਉਲਟ ਗਈ ਆ। ਤਾਂ ਨਰਿੰਦਰ ਮੋਦੀ ਹੁਣ ਅੱਜਕੱਲ ਐਵੇਂ ਤੁਰੇ ਜਾਂਦੇ ਪੱਤਰਕਾਰਾਂ ਨੂੰ ਫੜ ਲੈਂਦੇ ਆ ਪਛਾਣ ਕੇ ਤੇ ਤੁਰੇ ਗਲੀ ਮੁਹੱਲੇ 'ਚ ਪੱਤਰਕਾਰ ਤੁਰਿਆ ਜਾਵੇ ਤੈਨੂੰ ਗੁੱਟੋ ਫੜ ਲੈਂਦੇ ਮੇਰੀ ਇੰਟਰਵਿਊ ਕਰ ਜਾ ਪਰ ਉਹ ਪਛਾਣ ਕੇ ਗਲਤੀ ਨਾਲ ਵੀ ਉਹ ਜਿਹੜਾ ਕਹਿੰ ਲੋ ਕਿ ਆਜ਼ਾਦ ਸੋਚ ਦਾ ਮਾਲਕ ਹੈ ਆਜ਼ਾਦ ਜ਼ਮੀਰ ਦਾ ਮਾਲਕ ਹੈ ਉਸ ਪੱਤਰਕਾਰ ਨੂੰ ਨਹੀਂ ਫੜਦੇ ਉੰਬਾ ਰਾਬਗਾ ਉਹ ਫੜ ਲੈਂਦੇ ਆ ਉਸ ਪੱਤਰਕਾਰ ਨੂੰ ਜਿਹੜਾ ਪੱਤਰਕਾਰ ਉਹਨਾਂ ਦੇ ਹਿਸਾਬ ਕਿਤਾਬ 'ਚ ਆ ਜਾਂਦਾ ਤੇ ਦਿੰਦੇ ਇੰਟਰਵਿਊ ਹਮ ਅੱਜਕੱਲ ਬੜੀਆਂ ਵੱਡੀਆਂ ਵੱਡੀਆਂ ਖਬਰਾਂ ਟੈਲੀਵਿਜ਼ਨ ਚੈਨਲ ਉਹਦੇ ਤੇ ਉਹ ਗੱਲ ਕਰ ਰਹੇ ਨੇ ਬੇਰੋਜ਼ਗਾਰੀ ਤੇ ਗੱਲ ਕਰ ਰਹੇ ਨੇ ਆ ਘਟ ਗਿਣਤੀਆਂ ਤੇ ਗੱਲ ਕਰ ਰਹੇ ਨੇ ਪਰ ਇਹ ਸਭ ਕੁਝ ਸ਼ਾਇਦ ਇਸ ਕਰਕੇ ਆ ਕਿ ਦੇਖੋ ਕੱਲ ਮੇਰਾ ਇੱਕ ਦੋਸਤ ਹੈ ਯੂਪੀ ਦੇ ਵਿੱਚ ਉਹ ਆਹੀ ਕੰਮ ਕਰਦਾ ਕੀ ਕੰਮ ਕਰਦਾ ਉਹਦੇ ਡਿਟੇਲਸ ਨਹੀਂ ਜਾਂਦੇ ਤਾਂ ਉਹਨੇ ਇਹਨਾਂ ਦੀ ਇੱਕ ਕਟੜ ਸਾਧਵੀ ਦੀ ਗੱਲ ਦੱਸੀ ਉਹ ਕਹਿੰਦਾ ਕਿ ਮੁਸਲਮਾਨਾਂ ਦੀ ਵੋਟ ਜਦੋਂ ਵਧਦੀ ਵੇਖੀ ਉਹਨੇ ਤਾਂ ਉਹ ਜਿਹੜੀ ਕਟੜ ਜਿਹੇ ਦੀ ਮਤਲਬ ਕਿ ਇਹੋ ਜੀ ਮਾਨਸਿਕਤਾ ਰੱਖਦੀ ਸੀ ਉਹ ਮੁਸਲਮਾਨਾਂ ਦੀਆਂ ਉੱਥੇ ਕਹਿੰਦੇ ਕਿ ਉਹਨਾਂ ਦੇ ਬੰਦੇ ਮੰਨਤਾ ਕਰਦੇ ਨਜ਼ਰ ਆਏ ਉਸ ਇਲਾਕੇ 'ਚ ਕਿ ਵੋਟ ਕਰ ਦਿਓ ਜੇ ਕਹਿੰਨੇ ਤਾਂ ਮਸਜਿਦ 'ਚ ਵੀ ਜਾਓ ਉਹਨੇ ਤੁਹਾਡੀ ਹੋਰ ਦੱਸ ਇਹ ਪਰਸਤਿਤੀਆਂ ਹੁੰਦੀਆਂ ਨੇ ਜਦੋਂ ਫਿਰ ਬੰਦੇ ਜਿਹੜੇ ਆ ਉਹ ਆਪਣਾ ਖਿਆਲ ਬਦਲਦੇ ਨੇ ਆਪਣੇ ਬਿਆਨ ਬਦਲਦੇ ਨੇ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਿਆਨ ਐ ਇਹਨਾਂ ਦਾ ਇਹਨਾਂ ਦੀ ਇੱਕ ਸਫਾਈ ਆ ਕਿ ਮੈਂ ਕਦੇ ਘਟ ਗਣਤੀਆਂ ਦੇ ਵਿਰੁੱਧ ਨਹੀਂ ਬੋਲਿਆ ਪਰ ਕਿਸੇ ਨੂੰ ਵਿਸ਼ੇਸ਼ ਨਾਗਰਿਕ ਵਜੋਂ ਮਨਜ਼ੂਰ ਕਰਨ ਲਈ ਤਿਆਰ ਨਹੀਂ ਇਹ ਗੱਲ ਬਿਲਕੁਲ ਸਹੀ ਆ ਕਿ ਲੋਕਤੰਤਰ ਦੇ ਵਿੱਚ ਲੋਕ ਜਿਹੜੇ ਆ ਉਹ ਬਰਾਬਰ ਹੋਣੇ ਚਾਹੀਦੇ ਆ ਕੋਈ ਵੀ ਕਿਸੇ ਦੀ ਸੁਪਰਮੇਸੀ ਕਿਸੇ ਵੀ ਕਿਸਮ ਦੀ ਨਹੀਂ ਹੋਣੀ ਚਾਹੀਦੀ ਪਰ ਮਸਲਾ ਤੇ ਇਹ ਆ ਕਿ ਟੋਪੀ ਵਾਲਾ ਬਿਆਨ ਕਿਸ ਨੇ ਦਿੱਤਾ ਸੀਗਾ ਲੀੜਿਆਂ ਤੋਂ ਕੁਝ ਲੋਕ ਲੀੜਿਆਂ ਤੋਂ ਪਛਾਣੇ ਜਾਂਦੇ ਨੇ ਇਹ ਬਿਆਨ ਕਿਸ ਨੇ ਦਿੱਤਾ ਸੀਗਾ ਬਿਲਕੁਲ ਸਹੀ ਗੱਲ ਹੈ ਤਾਂ ਮਤਲਬ ਕਿ ਇਹ ਤੁਹਾਡੀ ਮਾਨਸਿਕਤਾ ਤੁਸੀਂ ਜੋ ਮਰਜ਼ੀ ਪੁੱਛੇ ਮਾਰੀ ਜਾਓ ਮੈਂ ਹਾਲਾਂਕਿ ਇਸ ਪੱਖ ਦੇ ਵਿੱਚ ਆ ਮੈਂ ਇਸ ਗੱਲ ਨੂੰ ਬਿਲਕੁਲ ਮੰਨਦਾ ਹਾਂ ਕਿ ਕਾਂਗਰਸ ਨੇ ਤੁਸ਼ਟੀਕਰਨ ਕੀਤਾ ਕਾਂਗਰਸ ਨੇ ਵੋਟ ਬੈਂਕ ਜਾਨੀ ਬਣਾਉਣ ਵਾਸਤੇ ਸਭ ਕੁਝ ਕੀਤਾ ਪਹਿਲਾਂ ਮਾਂਜੀ ਦੇ ਵਿੱਚ ਬੀਤੇ ਦੇ ਵਿੱਚ ਸਭ ਕੁਝ ਹੋਇਆ ਅੱਜ ਵੀ ਉਹ ਚੱਲ ਰਿਹਾ ਪਰ ਤੁਸੀਂ ਜਿਸ ਤਰ੍ਹਾਂ ਦੀ ਕਿਸੇ ਪ੍ਰਤੀ ਸ਼ਵੀ ਰੱਖਦੇ ਹੋ ਆਪਣੇ ਮਨ ਦੇ ਅੰਦਰ ਉਹ ਤੁਹਾਡੀ ਕਿਤੇ ਨਾ ਕਿਤੇ ਪ੍ਰਗਟ ਹੁੰਦੀ ਆ ਤੇ ਤੁਸੀਂ ਤੇ ਉਹ ਬੰਦੇ ਹੋ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਜਰਾਤ ਚ ਕਤਲਾਮ ਹੋ ਗਿਆ ਤੇ ਫਿਰ ਮੁੜ ਕੇ ਜਿਹੜੇ ਕੈਂਪ ਸੀਗੇ ਰਫਿਊਜੀ ਕੈਂਪ ਜਦੋਂ ਉਹਨਾਂ ਤੇ ਵੀ ਹਮਲੇ ਸਟਾਰਟ ਹੋ ਗਏ ਤੇ ਦੱਸਦੇ ਇੱਕ ਬਹੁਤ ਵੱਡੇ ਦੇਸ਼ ਦੇ ਪੱਤਰਕਾਰ ਨੇ ਦੱਸਿਆ ਸੀਗਾ ਕਿ ਉਸ ਵੇਲੇ ਨਰਿੰਦਰ ਮੋਦੀ ਨੂੰ ਜਦੋਂ ਕਿਹਾ ਗਿਆ ਕਿ ਇਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਕਰੋ ਤੇ ਉਹਨੇ ਆਖਿਆ ਮੈਂ ਬੱਚੇ ਪੈਦਾ ਕਰਨ ਵਾਲੀਆਂ ਫੈਕਟਰੀਆਂ ਤੇ ਹੁਣ ਇਥੇ ਫੌਜ ਲਾ ਦੇਆ ਤਾਂ ਗੱਲ ਇਹ ਆ ਕਿ ਇਹ ਠੀਕ ਆ ਤੁਸੀਂ ਚਲੋ ਜਿੰਦਾ ਹੁਣ ਸਿੱਖਾਂ ਦਾ ਰਿਗਾਰਡ ਕਰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਰਦੇ ਪਰ ਦੂਸਰੇ ਪਾਸੇ ਪੋਲਰਾਈਜੇਸ਼ਨ ਵਾਸਤੇ ਮੁਸਲਮਾਨਾਂ ਪ੍ਰਤੀ ਜਿਸ ਤਰ੍ਹਾਂ ਦੀ ਸੋਚ ਹੈ ਉਹ ਤੁਹਾਡੇ ਬਿਆਨਾਂ ਚੋਂ ਵੀ ਝਲਕਦੀ ਹੈ ਤੁਹਾਡੇ ਕਮਾਂਕਾਰਾਂ ਚੋਂ ਵੀ ਝਲਕਦੀ ਹੁਣ ਜੋ ਮਰਜ਼ੀ ਕਹੀ ਚ ਜੀ 9058131320 ਤੇ ਤੁਸੀਂ ਅਗਰ ਤੁਹਾਡਾ ਕੋਈ ਸਵਾਲ ਹੈ ਕਾਲ ਕਰਕੇ ਕਰ ਸਕਦੇ ਹੋ ਚੰਡੀਗੜ੍ਹ ਤੋਂ ਪਤਾ ਲੱਗਾ ਹੈ ਕਿ ਅਕਾਲੀ ਭਾਜਪਾ ਨੇ ਕੀਰੇ ਨੇ ਵਿਰੋਧੀ ਕੀ ਇਹ ਮਾਮਲਾ ਕੀ ਕਰਨਾ ਚਾਹੋਗੇ ਪਰ ਚੰਡੀਗੜ੍ਹ ਦਾ ਮਸਲਾ ਇਹ ਆ ਕਿ ਜੋ ਉੱਥੇ ਉਹਨਾਂ ਨੇ ਆਪਣਾ ਵਿਜ਼ਨ ਡਾਕੂਮੈਂਟ ਜਿਹੜਾ ਜਾਰੀ ਕੀਤਾ ਹੈ ਮਨੀਸ਼ ਤਵਾੜੀ ਹੋਰਾਂ ਨੇ ਤਾਂ ਉਹਦੇ ਵਿੱਚ ਉਹਨਾਂ ਨੇ ਸ਼ਾਇਦ ਉਹਨੂੰ ਮਤਲਬ ਕਿ ਇੱਕ ਸਟੇਟ ਦਾ ਦਰਜਾ ਦਿਵਾਉਣ ਦੀ ਗੱਲ ਕਹੀ ਆ ਕਿ ਜੇ ਮੰਨ ਲਓ ਅਸੀਂ ਮੈਂਬਰ ਪਾਰਲੀਮੈਂਟ ਬਣਦੇ ਆ ਤਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈ ਇਹਨੂੰ ਸਟੇਟ ਦਾ ਦਰਜਾ ਦੇ ਦਿੱਤਾ ਜਾਵੇ ਹਾਲਾਂਕਿ ਵੈਸੇ ਤੇ ਕੁਝ ਅਖਬਾਰਾਂ ਨੇ ਇਦਾਂ ਦਾ ਸ਼ਬਦ ਇਸਤੇਮਾਲ ਕੀਤਾ ਸਿਟੀ ਸਟੇਟ ਤਾ ਸਿਟੀ ਸਟੇਟ ਨੂੰ ਜਦੋਂ ਅਸੀਂ ਜਾ ਕੇ ਡਿਫਾਈਨ ਕਰੀਏ ਜਦੀ ਵਿਆਖਿਆ ਦੇਖੀਏ ਤਾਂ ਉਹ ਤਾਂ ਜਿਵੇਂ ਸਿੰਗਾਪੁਰਾ ਮੋਨਾਕੋਆ ਵੈਟਿਕਨ ਸਿਟੀ ਆ ਉਹ ਇਸ ਤਰ੍ਹਾਂ ਦਾ ਵੀ ਆ ਜਾਂਦਾ ਹੈ ਤਾਂ ਕੀ ਤਾਂ ਗੱਲ ਇਹ ਆ ਕਿ ਹਾਂ ਸੂਬੇ ਦਾ ਦਰਜਾ ਸ਼ਾਇਦ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਦਵਾਉਣ ਦਾ ਵਚਨ ਕੀਤਾ ਪਰ ਸੂਬੇ ਦਾ ਦਰਜਾ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਮਿਲ ਸਕਦਾ ਚੰਡੀਗੜ੍ਹ ਨੂੰ ਐਸਾ ਕੁਝ ਨਹੀਂ ਹੋਏਗਾ ਕਿਉਂਕਿ ਇਹ ਤੇ ਪਹਿਲਾਂ ਹੀ ਫਰਸਾਦ ਦੀ ਵਜ੍ਹਾ ਹੈ ਸੋ ਇਸ ਵਾਸਤੇ ਜਦੋਂ ਇਹ ਇਹਨਾਂ ਨੇ ਆਪਣੇ ਡਾਕੂਮੈਂਟ ਦੇ ਵਿੱਚ ਮੰਗ ਰੱਖ ਲਈ ਮੰਗ ਨਹੀਂ ਆਪਾਂ ਕਹਿ ਸਕਦੇ ਨੁਕਤਾ ਰੱਖ ਲਿਆ ਤਾਂ ਉਸ ਤੋਂ ਬਾਅਦ ਫਿਰ ਅਕਾਲੀ ਤੇ ਭਾਜਪਾ ਦੋਨੇ ਹੀ ਇਹਨਾਂ ਦੇ ਦਿਵਾਲੇ ਹੋਏ ਬੈਠੇ ਆ ਕਿਉਂਕਿ ਉੱਥੇ ਇਹਨਾਂ ਦਾ ਐਲਾਈਂਸ ਹੈ ਨਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਐਲਾਈਂਸ ਆ ਹੁਣ ਇਹਨਾਂ ਨੇ ਘੇਰ ਲਿਆ ਕਿ ਤੁਸੀਂ ਬਈ ਚੰਡੀਗੜ੍ਹ ਤੇ ਸਾਡਾ ਚੰਡੀਗੜ੍ਹ ਤੇ ਸਾਡਾ ਦਾਵਾ ਲਾ ਕੇ ਸੁਖਬੀਰ ਸਿੰਘ ਬਾਦਲ ਤੇ ਮੈਨੂੰ ਕਈ ਵਾਰ ਹਾਸਾ ਵੀ ਆਉਂਦਾ ਤਰਸ ਵੀ ਆਉਂਦਾ ਕਿ ਤੁਸੀਂ ਤੇ ਉੱਥੇ ਕੈਂਡੀਡੇਟ ਹੀ ਨਹੀਂ ਦਿੱਤਾ ਤੁਸੀਂ ਤੇ ਆਪਣਾ ਕੈਂਡੀਡੇਟ ਹੀ ਨਹੀਂ ਦੇ ਸਕੀਏ ਜੀ ਕਾਦਾ ਦਾਵਾ ਤੁਸੀਂ ਕੈਂਡੀਡੇਟ ਤੁਹਾਡਾ ਕੈਂਡੀਡੇਟ ਪਹਿਲਾ ਪੱਜ ਗਿਆ ਬਟਰੇਲਾ ਉਸ ਤੋਂ ਬਾਅਦ ਤੁਸੀਂ ਦੂਸਰਾ ਕੈਂਡੀਡੇਟ ਨਹੀਂ ਦੇ ਸਕੇ ਜੇ ਦਾਬੇਦਾਰੀ ਏਡੀ ਮਜ਼ਬੂਤ ਰੱਖਣੀ ਸੀ ਤਾਂ ਆਪਣਾ ਕੈਂਡੀਡੇਟ ਤਾਂ ਘੱਟੋ ਘੱਟ ਤੁਹਾਨੂੰ ਦੇਣਾ ਚਾਹੀਦਾ ਸੀ ਬਿਲਕੁਲ 100% ਗੱਲ ਇਹ ਆ ਕਿ ਹੁਣ ਸੁਨੀਲ ਜਾਖੜ ਬੋਲ ਰਹੇ ਪਰ ਸੁਨੀਲ ਜਾਖੜ ਵੀ ਸਿਰਫ ਇੱਕ ਕਹਿ ਦਿੰਦੇ ਕਿ ਪੰਜਾਬ ਦਾ ਹੈ ਚੰਡੀਗੜ੍ਹ ਪਰ ਤੁਸੀਂ ਉਹਦੇ ਵਾਸਤੇ ਕੀ ਕੀਤਾ ਤੇ ਦੂਜੀ ਗੱਲ ਇਹ ਆ ਕਿ ਹੁਣ ਚੰਡੀਗੜ੍ਹ ਆਪਣਾ ਹਿੱਸੇ ਤਰ੍ਹਾਂ ਦਾ ਯੂਟੀ ਆ ਉਹਨੂੰ ਮੰਨਣਾ ਪਊ ਉਹ ਚੱਲੀ ਜਾਂਦਾ ਪਰ ਉਹ ਜਿਹੜਾ ਸਟੇਟ ਦਾ ਦਰਜਾ ਮੇਰੇ ਖਿਆਲ ਦੇ ਨਾਲ ਵੈਸਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਾਦਾ ਹੈ ਜਿਵੇਂ ਅਰਵਿੰਦ ਕੇਜਰੀਵਾਲ ਉੱਥੇ ਵਾਦਾ ਕਰੀ ਜਾਂਦੇ ਆ ਕਿ ਦਿੱਲੀ ਨੂੰ ਪੂਰਨ ਦਰਜੇ ਦਾ ਰਾਜ ਬਣਾ ਦਿਆਂਗੇ ਮਿੰਟ ਸਾਡੇ ਕੋਲ ਡੇਡ ਕੀ ਹੈ ਤੇ ਸਾਡੇ ਨਾਲ ਕਾਲਰ ਨੇ ਦੇਖ ਜਾਂ ਕਿ ਕੰਨਾ ਚਾਹੁੰਦੇ ਹੈ ਵੈਲਕਮ ਜੀ ਹਾਂਜੀ ਚੌੜਾ ਜੀ ਹਾਜ਼ਰ ਹੈ ਜੀ ਜੀ ਕੀ ਹਾਲ ਚਾਲ ਵਧੀਆ ਜੀ ਦੂਸਰਾ ਮਿੰਟ ਨੂੰ ਪੁੱਛਣਾ ਸੀਗਾ ਜੀ ਸੰਟਾ ਲੋਕ ਸਭਾ ਹਲਕੇ ਦਾ ਕਿਉਂਕਿ 2 ਵਜੇ ਦਾ ਉਮੀਦਵਾਰ ਇਹਨਾਂ ਦੇ ਕੋਸਦੀ ਹੈ ਕੀ ਸਿਚੁਏਸ਼ਨ ਹੈ ਜੀ ਦੱਸਣੇ ਵਿੱਚ ਦੱਸ ਦੇਗਾ ਜੀ ਹਾਂ ਜੀ ਨਹੀਂ ਦੇਖੋ ਜੀ ਇੱਥੇ ਨੈਕ ਟੂ ਨੈਕ ਫਾਈਟ ਹੈ ਬਾਜੀ ਬਿਲਕੁਲ ਐ ਕਹ ਲੋ ਕਿ ਨੈਕ ਟੂ ਨੈਕ ਫਾਈਟ ਹੈ ਇਹਦੇ ਚ ਜਿਹੜੀ ਕਟਵੀਂ ਵੋਟ ਹੋਏਗੀ ਲੱਖਾ ਸਦਾਣਾ ਕਿੰਨੀਆਂ ਲੈ ਜਾਂਦਾ ਪਰਮਪਾਲ ਕੌਰ ਕਿੰਨੀਆਂ ਵੋਟਾਂ ਹਾਸਲ ਕਰਦੇ ਆ ਤਾਂ ਉਹ ਵੋਟਾਂ ਕਿਧੀਆਂ ਕਟੀਆਂ ਜਾਂਦੀਆਂ ਜੀ ਅਸੀਂ ਦੋਨਾਂ ਧਿਰਾਂ ਨਾਲ ਹੀ ਗੱਲ ਕਰਦੇ ਤਾਂ ਦੋਨੇ ਧਿਰਾਂ ਆਸਵੰਦ ਆ ਕਿ ਜਿੱਤ ਜਾਵਾਂਗੇ ਪਰ ਮੁਕਾਬਲਾ ਬਹੁਤ ਫਸਮਾ ਹੈ ਨਨਜਾਕ ਮੰਜਾਲ ਆਈ ਆਪਾਂ ਕਹਿ ਸਕਦੇ ਆ ਸੋ ਇੱਥੇ ਬਠਿੰਡੇ ਦੀ ਸੀਟ ਦਾ ਰਿਜ਼ਲਟ ਮੈਨੂੰ ਲੱਗਦਾ ਕਿ ਅਣਕਿਆਸਿਆ ਅਣਕਿਆਸਿਆ ਕਿਸੇ ਦੀ ਕਿਆਸ ਦੀ ਕਹਾਣੀ ਨਹੀਂ ਹੈਗੀ ਘਟੂ ਘਟੂ ਮੇਰੀ ਪਰ ਮੈਂ ਜਿੰਨਾ ਕੋ ਸਮਝਦਾ ਕਿ ਨੈਕ ਟੂ ਨੈਕ ਫਾਈਟ ਹੈ ਪਰ ਇਹਦੇ ਚ ਕੁਝ ਗੱਲਾਂ ਨੇ ਕਿ ਜੇ ਖੁੱਡੀਆਂ ਸਭ ਨੇ ਜਿੱਤਣਾ ਤਾਂ ਇਹਨਾਂ ਨੂੰ ਫਿਰ ਮੋੜ ਸਰਦੂਲਗੜ ਉਸ ਹਲਕੇ ਚ ਚੰਗਾ ਪ੍ਰਦਰਸ਼ਨ ਕਰਨਾ ਪਊਗਾ ਕਿਉਂਕਿ ਜਿਹੜੇ ਨਾਲ ਲਗਵੇਂ ਇਹਨਾਂ ਦੇ ਲੰਬੀ ਸਮੇਤ ਇੱਥੇ ਇੱਥੇ ਹਣ ਉਹ ਐਸ਼ਬਾਰਾ ਨਹੀਂ ਇਹ ਇੱਕ ਸੱਚ ਦੂਸਰੇ ਪਾਸੇ ਜੀ ਹਾਂ ਜੀ ਉੱਥੇ ਵਿਰੋਧ ਵੀ ਹੋ ਰਿਹਾ 30 ਸੈਕਿੰਡ ਨੇ ਮੁਸੇਵਾਲਾ ਕੇਸ ਦੋ ਗਵਾਹ ਨਹੀਂ ਆਏ ਮਾਈਂਡ ਅਪ ਕਰਾਂਗੇ ਕਿ ਕਿੰਨੇ ਚਾਹੋਗੇ ਹਾਂ ਜੀ ਦੇਖੋ ਗਵਾਹ ਕਿਉਂ ਨਹੀਂ ਆਏ ਚਲੋ ਇੱਕ ਅਧੀ ਤਰੀਕ ਤੇ ਤਾਂ ਹੋ ਸਕਦਾ ਕਿਸੇ ਦਾ ਕੋਈ ਕੰਮਕਾਰ ਹੋਵੇ ਪਰ ਇਹ ਸਾਰਾ ਜਿਹੜਾ ਟ੍ਰਾਇਲ ਹੋਏਗਾ ਇਸ ਟ੍ਰਾਇਲ ਦੇ ਵਿੱਚ ਕਿੰਨੀਆਂ ਗਵਾਹੀਆਂ ਕਿਉਂਕਿ ਖਾਸੇ ਗਵਾਹ ਰੱਖੇ ਗਏ ਉਹ ਕਿੰਨੀਆਂ ਗਵਾਹੀਆਂ ਭੁਗਤਦੀਆਂ ਇਹਦੇ ਤੇ ਹੀ ਨਿਗਾ ਰਹੇਗੀ ਤੋ ਕਿ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਸਿਲਸਲਾ ਬਹੁਤ ਜ਼ੋਰਦਾਰ ਤਰੀਕੇ ਨਾਲ ਚੱਲਦਾ ਹੈ ਜਦੋਂ ਇੱਡੇ ਤਗੜੇ ਗੈਂਗਾਂ ਦੇ ਗੈਂਗਸਟਰ ਜਾਂ ਸ਼ੂਟਰ ਜਿਹੜੇ ਆ ਉਹ ਟ੍ਰਾਇਲ ਦੇ ਵਿੱਚ ਆਉਂਦੇ ਨੇ ਤਾਂ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਦੋ ਗਵਾਹ ਜਿਹੜੇ ਭੁਗਤਨੇ ਸਨ ਕੱਲ ਕਿਸੇ ਕਾਰਨ ਕਰਕੇ ਨਹੀਂ ਆਏ ਤੇ 5 ਜੁਲਾਈ ਵਾਸਤੇ ਹੁਣ ਅਗਲੀ ਤਰੀਕ ਪਈ ਹੈ ਬਹੁਤ ਸ਼ੁਕਰੀਆ ਮਿੰਟੂ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਇਸ ਸਰ ਮਿੰਟੂ ਗੁਰਸਰਿਆ ਜੀ ਤੁਸੀਂ ਗੱਲਬਾਤ ਸੁਣੀ ਹੈ ਦਿਓ ਛੁੱਟੀਆਂ ਖੁਸ਼ ਰਹੋ ਸਵੇਰੇ ਮੁਲਾਕਾਤ ਹੁੰਦੀਆਂ 9 ਤੋਂ 11 ਇਸੇ ਚੈਨਲ ਤੇ ਰੱਬ ਰੱਖਾ ਯੂ ਲਿਸਨਿੰਗ ਟੂ ਸੀਐਨਐਨ ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ